ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੀਆਂ ਤ੍ਰਿੰਜਨ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜ਼ਿੰਦਗੀ ਦੀ ਖੂਬਸੂਰਤੀ ਉਹ ਲੋਕੀ ਜ਼ਿਆਦਾ ਚੰਗੇ ਤਰੀਕੇ ਨਾਲ ਮਾਣ ਸਕਦੇ ਹਨ ਜਿਹੜੇ ਕਿ ਰੱਬ ਦੀ ਦਿੱਤੀ ਹੋਈ ਨਾਯਾਬ ਤੰਦਰੁਸਤੀ ਨੂੰ ਵੀ ਮਾਣ ਰਹੇ ਹੋਣ। ਪਰ ਅੱਜ ਕੱਲ੍ਹ ਦੇ ਦਿਨਾਂ ਵਿੱਚ ਇਸ ਤੰਦਰੁਸਤੀ ਵਰਗੀ ਦਾਤ ਨੂੰ ਅਸੀਂ ਆਪਣੇ ਹੱਥੀਂ ਆਪ ਰੋਲ ਦਿੰਦੇ ਹਾਂ। ਕਦੇ ਅਸੀਂ ਇਸ ਗੱਲ ਦਾ ਠੀਕਰਾ ਆਪਣੇ ਰੁਝੇਵਿਆਂ 'ਤੇ ਪਾਉਂਦੇ ਹਾਂ ਅਤੇ ਕਦੇ ਅਸੀਂ ਕਹਿੰਦੇ ਹਾਂ ਕਿ ਸਾਡੇ ਕੋਲ ਸਮੇਂ ਦੀ ਕਮੀ ਹੈ। ਪਰ ਕੀ ਸੱਚੀ ਇਹ ਸਾਰੇ ਕਾਰਨ ਵਾਜਿਬ ਹਨ ਸਾਨੂੰ ਤੰਦਰੁਸਤੀ ਤੋਂ ਦੂਰ ਰੱਖਣ ਲਈ? ਇਹਦਾ ਜਵਾਬ ਹੈ ਨਹੀਂ। ਤਾਂ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕੁਝ ਅਜਿਹੇ ਛੋਟੇ ਜਿਹੇ ਚੇਂਜਿਸ ਦੀ, ਕੁਝ ਇਹ ਬਦਲਾਵਾਂ ਦੀ ਜਿਹੜੀ ਕਿ ਸਾਨੂੰ ਤੰਦਰੁਸਤੀ ਵੱਲ ਹੋਰ ਕਦਮ ਵਧਾਉਣ ਲਈ ਪ੍ਰੇਰਿਤ ਕਰਨਗੇ। ਤਾਂ ਚਲੋ ਸ਼ੁਰੂਆਤ ਕਰਦੇ ਹਾਂ। ਸਵੇਰ ਦਾ ਨਾਸ਼ਤਾ ਰਾਜੇ ਵਾਂਗ, ਦੁਪਹਿਰ ਦਾ ਖਾਣਾ ਰਾਣੀ ਵਾਂਗ ਅਤੇ ਰਾਤ ਦਾ ਖਾਣਾ ਭਿਖਾਰੀ ਵਾਂਗ। ਸਵੇਰ ਦਾ ਖਾਣਾ ਪੂਰੇ ਦਿਨ ਵਿੱਚ ਸਭ ਤੋਂ ਜ਼ਿਆਦਾ ਭਾਰੀ ਹੋਣਾ ਚਾਹੀਦਾ ਕਿਉਂਕਿ ਆਪਾਂ ਰਾਤ ਦੀ ਨੀਂਦ ਤੋਂ 6-7 ਘੰਟਿਆਂ ਤੋਂ ਬਾਅਦ ਜਾਗ ਕੇ ਉਹ ਰੋਟੀ ਖਾਣੀ ਹੈ, ਇਸ ਕਰਕੇ ਉਹਨੂੰ ਭਾਰੀ ਹੋਣਾ ਚਾਹੀਦਾ। ਦੁਪਹਿਰ ਦਾ ਥੋੜਾ ਜਿਹਾ ਹਲਕਾ ਅਤੇ ਰਾਤ ਦੀ ਰੋਟੀ ਬਿਲਕੁਲ ਹੀ ਹਲਕੀ ਹੋਣੀ ਚਾਹੀਦੀ ਹੈ। ਆਪਣਾ ਖਾਣਾ ਆਪ ਬਣਾਓ। ਜਦੋਂ ਅਸੀਂ ਆਪ ਖਾਣਾ ਬਣਾਉਂਦੇ ਹਾਂ ਤਾਂ ਸਾਨੂੰ ਪਤਾ ਹੁੰਦਾ ਹੈ ਕਿ ਅਸੀਂ ਕਿਹੜੀ ਚੀਜ਼ ਦਾ ਇਸਤੇਮਾਲ ਕਰ ਰਹੇ ਹਾਂ ਅਤੇ ਕਿੰਨੀ ਮਾਤਰਾ ਵਿੱਚ। ਆਪ ਖਾਣਾ ਬਣਾਉਣਾ ਸਾਨੂੰ ਤੰਦਰੁਸਤ ਵੀ ਬਣਾਉਂਦਾ ਹੈ, ਸਾਨੂੰ ਬਿਜ਼ੀ ਵੀ ਰੱਖਦਾ ਹੈ ਅਤੇ ਅਸੀਂ ਬਹੁਤ ਤਰ੍ਹਾਂ ਦੇ ਅਲੱਗ ਅਲੱਗ ਖਾਣੇ ਵੀ ਬਣਾਉਂਦੇ ਹਾਂ। ਅਗਰ ਤੁਹਾਨੂੰ ਖਾਣਾ ਨਹੀਂ ਬਣਾਉਣਾ ਆਉਂਦਾ ਹੈ ਤਾਂ ਤੁਸੀਂ ਸਿੰਪਲ ਸਲਾਦ ਖਾ ਸਕਦੇ ਹੋ ਔਰ ਹਰ ਰੋਜ਼ ਅਲੱਗ ਅਲੱਗ ਸਬਜ਼ੀਆਂ ਜਾਂ ਅਲੱਗ ਅਲੱਗ ਫਲ ਉਹਦੇ ਵਿੱਚ ਪਾ ਕੇ ਤੁਹਾਡੇ ਕੋਲ ਹਰ ਰੋਜ਼ ਇੱਕ ਅਲੱਗ ਤਰ੍ਹਾਂ ਦਾ ਸਲਾਦ ਹੋਵੇਗਾ। ਆਪਣੀ ਬਣਾਈ ਰੋਟੀ ਦਾ ਇੱਕ ਮਜ਼ਾ ਹੁੰਦਾ ਹੈ ਕਿ ਤੁਸੀਂ ਜੋ ਚਾਹੋ ਅਤੇ ਜਿੰਨੀ ਮਰਜ਼ੀ ਮਾਤਰਾ ਵਿੱਚ ਚਾਹੋ ਤੁਸੀਂ ਉਹਦੇ ਵਿੱਚ ਪਾ ਸਕਦੇ ਹੋ ਅਤੇ ਉਹ ਵੀ ਬਿਨਾਂ ਕਿਸੇ ਡਰ ਤੋਂ। ਜਿੰਨਾ ਹੋ ਸਕੇ ਦੁੱਧ ਜਾਂ ਚਾਹ ਵਿੱਚ ਉੱਪਰੋਂ ਪਾਉਣ ਵਾਲੀ ਖੰਡ ਦਾ ਇਸਤੇਮਾਲ ਘੱਟ ਕਰੋ। ਸਿੰਪਲ ਖੰਡ ਤੋਂ ਇਲਾਵਾ ਅਗਰ ਤੁਸੀਂ ਸ਼ੂਗਰ ਫ੍ਰੀ ਜਾਂ ਹੋਰ ਵੀ ਕਿਸੇ ਤਰ੍ਹਾਂ ਦਾ ਕੋਈ ਆਰਟੀਫਿਸ਼ਲ ਸਵੀਟਨਰ ਵਰਤਦੇ ਹੋ ਤਾਂ ਉਹਨੂੰ ਵੀ ਪਾਉਣਾ ਇੱਕਦਮ ਬੰਦ ਕਰ ਦਵੋ। ਜਦੋਂ ਤੁਸੀਂ ਸਲਾਦ ਖਾਂਦੇ ਹੋ ਤਾਂ ਕੋਸ਼ਿਸ਼ ਕਰੋ ਕਿ ਉਹਦੇ ਉੱਤੇ ਤੁਸੀਂ ਕਾਲੀ ਮਿਰਚ ਪਾ ਲਓ ਜਾਂ ਕੁਝ ਹੋਰ ਸੀਜ਼ਨਿੰਗ ਪਾ ਲਓ, ਪਰ ਲੂਣ ਤੋਂ ਥੋੜ੍ਹਾ ਗੁਰੇਜ਼ ਕਰੋ। ਇਸੇ ਤਰ੍ਹਾਂ ਜੂਸ ਵੀ ਆਪਣੀ ਸ਼ੁੱਧ ਫੋਰਮ ਵਿੱਚ ਹੀ ਪੀਣੇ ਚਾਹੀਦੇ ਹਨ। ਸਵੇਰ ਦਾ ਨਾਸ਼ਤਾ ਸਾਨੂੰ ਕਦੀ ਮਿਸ ਨਹੀਂ ਕਰਨਾ ਚਾਹੀਦਾ ਕਿਉਂਕਿ ਅਸੀਂ ਇੱਕ ਲੰਬੀ ਨੀਂਦ ਤੋਂ ਜਾਗਦੇ ਹਾਂ, ਇਸ ਕਰਕੇ ਸਾਡੇ ਸਰੀਰ ਨੂੰ ਤੰਦਰੁਸਤ ਰਹਿਣ ਲਈ ਅਤੇ ਸਾਰਾ ਦਿਨ ਕੰਮ ਕਰਨ ਲਈ ਐਨਰਜੀ ਦੀ ਲੋੜ ਪੈਂਦੀ ਹੈ ਜੋ ਕਿ ਸਾਨੂੰ ਸਵੇਰ ਦਾ ਨਾਸ਼ਤਾ ਪ੍ਰਦਾਨ ਕਰਦਾ ਹੈ। ਅਤੇ ਫਿਰ ਅਗਰ ਤੁਹਾਨੂੰ ਨਾਸ਼ਤਾ ਨਹੀਂ ਬਣਾਉਣਾ ਆਉਂਦਾ ਤਾਂ ਇੱਕ ਫਰੂਟ ਵੀ ਲੈ ਸਕਦੇ ਹੋ। ਆਰਾਮਦਾਇਕ ਜਾਂ ਬਾਜ਼ਾਰੋਂ ਮਿਲਣ ਵਾਲੇ ਖਾਣਿਆਂ ਦੀ ਬਜਾਏ ਤੰਦਰੁਸਤ ਅਤੇ ਨੈਚੁਰਲ ਜਾਂ ਕੁਦਰਤੀ ਖਾਣੇ ਖਾਓ। ਜਦੋਂ ਵੀ ਤੁਸੀਂ ਕੋਕ ਪੈਪਸੀ ਪੀਂਦੇ ਹੋ ਉਹਦੀ ਬਜਾਏ ਕੋਸ਼ਿਸ਼ ਕਰੋ ਕਿ ਜੂਸ ਪੀਓ, ਮੇਓਨੀਜ਼ ਜਾਂ ਰੈਲਿਸ਼ ਇਹਨਾਂ ਸਭ ਤੋਂ ਗੁਰੇਜ਼ ਕਰੋ। ਸਪੈਸ਼ਲੀ ਬੱਚਿਆਂ ਲਈ ਜਿਹੜੇ ਚਿਪਸ ਖਾਂਦੇ ਹਨ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਇਹਦੀ ਬਜਾਏ ਫਰੂਟ ਖਾਣ। ਯਾਦ ਰੱਖੋ ਕੁਦਰਤ ਨੇ ਪਹਿਲਾਂ ਹੀ ਸਾਨੂੰ ਬਹੁਤ ਆਰਾਮਦਾਇਕ ਫਲ ਫਰੂਟ ਦਿੱਤੇ ਹਨ, ਤਾਂ ਇਸ ਤੋਂ ਜ਼ਿਆਦਾ ਸਾਨੂੰ ਹੋਰ ਆਰਾਮਦਾਇਕ ਹੋਰ ਕੀ ਚਾਹੀਦਾ ਹੋ ਸਕਦਾ ਹੈ। ਛੋਟੀ ਪਲੇਟ ਤੇ ਵੱਡਾ ਗਲਾਸ। ਵਿਗਿਆਨਕ ਤੌਰ ਤੇ ਇਹ ਸਿੱਧ ਹੋ ਚੁੱਕਾ ਹੈ ਕਿ ਜਿਹੜੇ ਲੋਕੀ ਛੋਟੀ ਪਲੇਟ ਵਿੱਚ ਜਾਂ ਜ਼ਿਆਦਾਤਰ ਲਾਲ ਰੰਗ ਦੀ ਪਲੇਟ ਵਿੱਚ ਰੋਟੀ ਖਾਂਦੇ ਹਨ ਉਹ ਘੱਟ ਖਾਣਾ ਖਾਂਦੇ ਹਨ, ਅਤੇ ਇਸੇ ਤਰ੍ਹਾਂ ਜਿਹੜੇ ਲੋਕ ਵੱਡੇ ਗਲਾਸ ਵਿੱਚ ਪਾਣੀ ਪੀਂਦੇ ਹਨ ਉਹ ਜ਼ਿਆਦਾ ਪਾਣੀ ਪੀਂਦੇ ਹਨ। ਲਿਫਟ ਛੱਡੋ ਤੇ ਪੌੜੀਆਂ ਚੜ੍ਹੋ।
ਲਿਫਟਾਂ ਦੀ ਮੌਜੂਦਗੀ ਅੱਜ ਕੱਲ੍ਹ ਤਕਰੀਬਨ ਹਰ ਬਿਲਡਿੰਗ ਵਿੱਚ ਹੈ। ਭਾਵੇਂ ਅਸੀਂ ਟੌਪ ਫਲੋਰ 17ਵੇਂ ਫਲੋਰ 'ਤੇ ਰਹਿੰਦੇ ਹਾਂ ਜਾਂ ਭਾਵੇਂ ਅਸੀਂ ਕਿਸੇ ਥੱਲੇ ਵਾਲੇ ਫਲੋਰ ਭਾਵ ਕਿ ਪਹਿਲੇ ਜਾਂ ਦੂਜੇ ਫਲੋਰ 'ਤੇ ਰਹਿੰਦੇ ਹਾਂ, ਸਾਨੂੰ ਲਿਫਟ ਦਾ ਬਟਨ ਦੱਬਣ ਵਿੱਚ ਬਿਲਕੁਲ ਗੁਰੇਜ਼ ਨਹੀਂ ਹੁੰਦਾ, ਪਰ ਸਾਨੂੰ ਇਹ ਗੁਰੇਜ਼ ਕਰਨਾ ਚਾਹੀਦਾ ਹੈ। ਅਗਰ ਅਸੀਂ ਆਪਣੀ ਸਰੀਰਕ ਤੰਦਰੁਸਤੀ ਚਾਹੁੰਦੇ ਹਾਂ ਤਾਂ ਸਾਨੂੰ ਲਿਫਟਾਂ ਦੀ ਥਾਂ 'ਤੇ ਪੌੜੀਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਖਾਣੇ ਅਤੇ ਪਾਣੀ ਵਿੱਚ ਘੱਟੋ ਘੱਟ 20 ਮਿੰਟ ਦਾ ਵਕਫਾ ਰੱਖੋ। ਜਦੋਂ ਵੀ ਤੁਸੀਂ ਰੋਟੀ ਖਾਂਦੇ ਹੋ, ਕੋਸ਼ਿਸ਼ ਕਰੋ ਚਿੱਥ ਕੇ ਚੰਗੇ ਤਰੀਕੇ ਨਾਲ ਘੱਟੋ ਘੱਟ 30 ਵਾਰੀ ਚਿੱਥ ਕੇ ਉਹ ਰੋਟੀ ਨੂੰ ਖਾਓ ਅਤੇ ਘੱਟੋ ਘੱਟ ਵੀ ਤੁਹਾਡੇ ਰੋਟੀ ਅਤੇ ਪਾਣੀ ਵਿੱਚ 20 ਮਿੰਟ ਦਾ ਵਕਫਾ ਹੋਵੇ। ਰਾਤ ਨੂੰ ਸੌਣ ਤੋਂ ਘੱਟੋ ਘੱਟ 2 ਘੰਟੇ ਪਹਿਲਾਂ ਆਪਣਾ ਰਾਤ ਦਾ ਖਾਣਾ ਖਤਮ ਕਰ ਲਵੋ। ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਰਾਤ ਨੂੰ ਲੇਟ ਸੌਣਾ ਹੈ, ਇਹਦਾ ਮਤਲਬ ਇਹ ਹੈ ਕਿ ਤੁਸੀਂ ਰਾਤ ਦਾ ਖਾਣਾ ਛੇਤੀ ਖਾਣਾ ਹੈ। ਅਗਰ ਤੁਸੀਂ 10:30 ਸੌਣ ਦੇ ਆਦੀ ਹੋ ਤਾਂ 8 ਵਜੇ ਤੱਕ ਆਪਣੀ ਰੋਟੀ ਨੂੰ ਖਤਮ ਕਰ ਲਵੋ। ਫਿਰ ਤੁਸੀਂ ਆਪਣੇ ਮਨ ਦੇ ਮੁਤਾਬਕ ਸੈਰ 'ਤੇ ਜਾ ਸਕਦੇ ਹੋ ਜਾਂ ਕੰਪਿਊਟਰ ਦੇ ਸਾਹਮਣੇ ਆਪਣਾ ਸਮਾਂ ਬਤੀਤ ਕਰ ਸਕਦੇ ਹੋ, ਪਰ ਇੱਕ ਵਾਰੀ ਜਦੋਂ ਤੁਸੀਂ ਸੌਣ ਲਈ ਤਿਆਰ ਹੋ ਜਾਵੋ ਤਾਂ ਕੋਸ਼ਿਸ਼ ਕਰੋ ਸੌਣ ਤੋਂ ਪਹਿਲਾਂ ਵਜਰ ਆਸਣ ਵਿੱਚ ਜ਼ਰੂਰ ਬੈਠੋ। ਇਹ ਸਾਡੀ ਪਾਚਨ ਤੰਤਰ ਵਿੱਚ ਬਹੁਤ ਮਦਦ ਕਰਦਾ ਹੈ। ਹਫ਼ਤੇ ਦਾ ਇੱਕ ਦਿਨ ਡਿਟੌਕਸੀਫਿਕੇਸ਼ਨ ਦਿਨ ਦੇ ਰੂਪ ਵਿੱਚ ਤੁਸੀਂ ਰੱਖ ਸਕਦੇ ਹੋ। ਇਹ ਉਹ ਦਿਨ ਹੁੰਦਾ ਹੈ ਜਿਸ ਦਿਨ ਤੁਸੀਂ ਸਿਰਫ ਕੁਦਰਤੀ ਚੀਜ਼ਾਂ ਖਾਂਦੇ ਹੋ, ਫਲ, ਫਰੂਟ, ਜੂਸ, ਗ੍ਰੀਨ ਜੂਸ। ਇਸ ਦਿਨ ਤੁਸੀਂ ਸਰੀਰ ਦੇ ਸਾਰੇ ਵਿਸ਼ੈਲੇ ਜਾਂ ਉਹ ਤੱਤ ਜਿਹੜੇ ਤੁਹਾਡੇ ਲਈ ਚੰਗੇ ਨਹੀਂ ਹਨ ਉਹਨਾਂ ਨੂੰ ਵੀ ਬਾਹਰ ਕੱਢ ਸਕਦੇ ਹੋ। ਸੋ ਜਿੰਨਾ ਹੋ ਸਕੇ ਉਨਾ ਕੁਦਰਤੀ ਭੋਜਨ ਖਾਓ। ਜਿੰਨਾ ਹੋ ਸਕੇ ਆਪਣੀ ਸੋਚ ਨੂੰ ਹਾਂ ਪੱਖੀ ਬਣਾਓ। ਸਾਰਾ ਦਿਨ ਟੀਵੀ ਵਿੱਚ ਅਲੱਗ ਅਲੱਗ ਚੈਨਲ ਵੇਖਣ 'ਤੇ ਜਦੋਂ ਕਿ ਤੁਹਾਡੀ ਪਸੰਦ ਦਾ ਵੀ ਕੋਈ ਚੈਨਲ ਨਹੀਂ ਆ ਰਿਹਾ, ਜਾਂ ਸਾਰਾ ਦਿਨ ਰਿਮੋਟ ਨਾਲ ਇੱਧਰ ਤੋਂ ਉੱਧਰ ਚੈਨਲ ਬਦਲਣ ਤੋਂ ਇਲਾਵਾ ਜਾਂ ਆਪਣਾ ਦਿਨ ਕੰਪਿਊਟਰ 'ਤੇ ਵੇਸਟ ਕਰਨ ਤੋਂ ਇਲਾਵਾ, ਕੋਸ਼ਿਸ਼ ਕਰੋ ਕਿ ਅਗਰ ਤੁਸੀਂ ਕੰਪਿਊਟਰ ਦੇ ਸਾਹਮਣੇ ਆਪਣਾ ਸਮੇਂ ਬਤੀਤ ਕਰ ਰਹੇ ਹੋ ਤਾਂ ਵੀ ਘੱਟੋ ਘੱਟ ਕੁਝ ਚੰਗੀਆਂ, ਕੁਝ ਪੋਜ਼ਿਟਿਵ ਚੀਜ਼ਾਂ ਵੇਖੀਆਂ ਜਾਣ। ਤੁਸੀਂ ਐਕਸਰਸਾਈਜ਼ ਦੀਆਂ ਵੀਡੀਓ ਚੈੱਕ ਕਰ ਸਕਦੇ ਹੋ। ਇਸ ਤੋਂ ਇਲਾਵਾ ਜ਼ਿੰਦਗੀ ਵਿੱਚ ਸਕਾਰਾਤਮਕ ਰਵੱਈਆ ਰੱਖਣਾ ਵੀ ਬਹੁਤ ਜ਼ਰੂਰੀ ਹੈ। ਅਗਰ ਤੁਹਾਨੂੰ ਕਿਤੇ ਵੀ ਲੱਗਦਾ ਹੈ ਕਿ ਤੁਹਾਡੀ ਜ਼ਿੰਦਗੀ ਨਕਾਰਾਤਮਕਤਾ ਵੱਲ ਵੱਧ ਰਹੀ ਹੈ ਤਾਂ ਕੋਸ਼ਿਸ਼ ਕਰੋ ਇੱਕ ਕਾਪੀ ਦੇ ਉੱਤੇ ਆਪਣੇ ਸਾਰੇ ਪੋਜ਼ਿਟਿਵ ਅਤੇ ਨੈਗੇਟਿਵ ਲਿਖਣ ਦੀ। ਜਦੋਂ ਤੁਸੀਂ ਲਿਖ ਲਵੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੀ ਜ਼ਿੰਦਗੀ ਵਿੱਚ ਤੁਹਾਡੇ ਨੈਗੇਟਿਵਸ ਬਹੁਤ ਘੱਟ ਹਨ। ਇੱਦਾਂ ਦਾ ਸਕਾਰਾਤਮਕ ਰਵੱਈਆ ਜਦੋਂ ਆਪਾਂ ਜ਼ਿੰਦਗੀ 'ਚ ਰੱਖਦੇ ਹਾਂ ਤਾਂ ਆਟੋਮੈਟਿਕਲੀ ਅਸੀਂ ਤੰਦਰੁਸਤੀ ਵੱਲ ਇੱਕ ਕਦਮ ਹੋਰ ਵਧਾਉਂਦੇ ਹਾਂ। ਮੈਨੂੰ ਉਮੀਦ ਹੈ ਅੱਜ ਦੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਹੋਰ ਵੀਡੀਓਜ਼ ਵੇਖਣ ਲਈ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਕਰੋ। ਧੰਨਵਾਦ।